ਜਾਣੇ ਸਰ ਬਹੁਤ ਬਹੁਤ ਜ਼ਿਆਦਾ ਦੇਸ਼ ਦੀ ਖਾਤਰ ਲੜੇ ਨਾ ਡਟ ਕੇ ਮੁਕਾਬਲਾ ਕੀਤਾ ਉਹਨੇ ਜਦੋਂ ਤੱਕ ਉਹਨਾਂ ਦੇ ਸਾਹ ਚਲੇ ਉਦੋਂ ਤੱਕ ਉਹਨੂੰ ਡਟ ਕੇ ਮੁਕਾਬਲਾ ਦੀ ਖਾਤਰ ਸੀਨੇ ਵਿੱਚ ਗੋਲੀਆਂ ਖਾਧੀਆਂ ਸਿਰ ਵਿੱਚ ਗੋਲੀਆਂ ਖਾਧੀਆਂ ਹੱਥਾਂ ਵਿੱਚ ਸ਼ਹੀਦ ਫੌਜੀ ਪਤੀ ਦੀਆਂ ਅਸਥੀਆਂ ਅਤੇ ਅੰਦਰ ਮਾਣ ਫੌਜੀ ਪਤੀ ਦੀ ਸ਼ਹਾਦਤ ਆ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਗੱਜਣ ਸਿੰਘ ਦੀਆਂ ਅਸਥੀਆਂ ਲੈ ਕੇ ਮ੍ਰਿਤਕ ਦੀ ਪਤਨੀ ਅਤੇ ਪਰਿਵਾਰਕ ਮੈਂਬਰ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਪਹੁੰਚੇ ਜਿੱਥੇ ਗੁਰੂ ਚਰਨਾਂ ਵਿੱਚ ਨਤ ਅਰਦਾਸ ਕਰਨ ਤੋਂ ਬਾਅਦ ਅਸਥੀਆਂ ਨੂੰ ਸਰਜਿਤ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਪਰਿਵਾਰ ਸ਼ਹੀਦ ਗੱਜਣ ਸਿੰਘ ਦੀਆਂ ਅਸਥੀਆਂ ਲੈ ਕੇ ਗੁਰੂ ਚਰਨਾਂ ਵਿੱਚ ਪਹੁੰਚਿਆ ਅਸੀਂ ਸ਼ਹੀਦ ਦੀ ਪਤੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਆਪਣੇ ਪਤੀ ਦੀ ਸ਼ਹਾਦਤ 'ਤੇ ਮਾਣ ਹੈ ਜਿਨ੍ਹਾਂ ਨੇ ਆਖਰੀ ਸਾਹ ਤੱਕ ਵੈਰੀਆਂ ਦਾ ਡਟ ਕੇ ਮੁਕਾਬਲਾ ਕੀਤਾ ਸਰ ਅਜੇ ਵੀ ਦੇ ਮਰੀ ਜਾਣੇ ਸਰਕਾਰ ਨਾਲ ਐਕਸ਼ਨ ਨਹੀਂ ਲੈ ਸਕਦੀ ਇੰਨੀ ਪਾਵਰ ਹੈ ਹੀ ਨਹੀਂ ਸਰਕਾਰ ਵਿੱਚ ਜੇ ਹੁੰਦੀ ਐਕਸ਼ਨ ਕਦੋਂ ਦਾ ਲਿਆ ਜਾਣਾ ਸੀ ਐਕਸ਼ਨ ਲੈਣ ਦੀ ਸਰਕਾਰ ਦੀ ਹਿੰਮਤ ਹੀ ਨਹੀਂ ਹੈਗੀ ਕਿਉਂਕਿ ਸਾਡੀਆਂ ਸਰਕਾਰਾਂ ਉਹਨਾਂ ਦੇ ਨਾਲ ਹੀ ਮਿਲੀਆਂ ਹੋਈਆਂ ਤਦ ਐਕਸ਼ਨ ਨਹੀਂ ਲੈਂਦੀ ਹੈਗੀ ਉਹਨਾਂ ਨੂੰ ਆਪਣੀ ਸੀਟ ਤੱਕ ਮਤਲਬ ਹੈ ਉਹਨਾਂ ਨੂੰ ਕਿਸੇ ਦੇ ਪੁੱਤ ਨਾਲ ਕੋਈ ਮਤਲਬ ਨਹੀਂ ਹੈਗਾ ਸਰ ਮਾਣ ਹੈ ਸਰ ਬਹੁਤ ਬਹੁਤ ਜ਼ਿਆਦਾ ਦੇਸ਼ ਦੀ ਖਾਤਰ ਲੜੇ ਨਾ ਡਟ ਕੇ ਮੁਕਾਬਲਾ ਕੀਤਾ ਉਹਨੇ ਜਦੋਂ ਤੱਕ ਉਹਨਾਂ ਦੇ ਸਾਹ ਚਲੇ ਉਦੋਂ ਤੱਕ ਉਹਨੂੰ ਡਟ ਕੇ ਮੁਕਾਬਲਾ ਕੀਤਾ ਬਹੁਤ ਪ੍ਰਾਊਡ ਹੈ ਇੱਦਾਂ ਦੀ ਖੁਸ਼ ਨਸੀਬੀ ਕਿਸੇ ਕਰਮਾਂ ਵਾਲੇ ਦੀ ਹੁੰਦੀ ਹੈ ਬਹੁਤ ਮਾਣ ਹੈ ਦੇਸ਼ ਦੀ ਖਾਤਰ ਸੀਨੇ ਵਿੱਚ ਗੋਲੀਆਂ ਖਾਧੀਆਂ ਸਿਰ ਵਿੱਚ ਗੋਲੀਆਂ ਖਾਧੀਆਂ ਪਹਿਲੀ ਗੱਲ ਤਾਂ ਇਹ ਆ ਵੀ ਬਾਰਡਰਾਂ ਦੇ ਉੱਤੇ ਜਿਹੜੀ ਸਾਡੀ ਫੌਜ ਆ ਜੇ ਫੌਜ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਜਾਵੇ ਇਹ ਸਮੱਸਿਆ ਦਾ ਹੱਲ ਹੋ ਸਕਦਾ ਹੈ ਨੰਬਰ 2 ਜੇ ਅਸੀਂ ਬਦਲਾਖੋਰੀ ਕਰੀਏ ਤਾਂ ਬਦਲਾਖੋਰੀ ਦੇ ਨਾਲ ਨਹੀਂ ਅੱਜ ਉਹ ਸਾਡੇ 5 ਜਵਾਨਾਂ ਨੂੰ ਸ਼ਹੀਦ ਕਰ ਗਏ ਅਸੀਂ ਉਹਨਾਂ ਦਿਆਂ ਨੂੰ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਮਾਰ ਰਹੇ ਹਾਂ ਉਹ ਸਾਡਿਆਂ ਨੂੰ ਮਾਰ ਰਹੇ ਆ ਇਹ ਨੀਤੀਆਂ ਤਾਂ ਇਸ ਤਰ੍ਹਾਂ ਬਹੁਤ ਦੇਰ ਤੋਂ ਚੱਲ ਰਹੀਆਂ ਜਦੋਂ ਤੋਂ ਆਜ਼ਾਦੀ ਮਿਲੀ ਆ 1947 ਤੋਂ ਇਸ ਤਰ੍ਹਾਂ ਹੀ ਚੱਲ ਰਿਹਾ ਕਾਰਗਿਲ ਯੁੱਧ ਤੋਂ ਬਾਅਦ ਸਾਡੇ ਨੂਰਪੁਰ ਬੇਦੀ ਇਲਾਕੇ ਦੇ ਕਿੰਨੇ ਜਵਾਨ ਸ਼ਹੀਦ ਹੋ ਗਏ ਤੁਸੀਂ ਵੇਖ ਸਕਦੇ ਹੋ ਹਰ ਪਿੰਡ ਦੇ ਵਿੱਚ ਗੇਟ ਸ਼ਹੀਦ ਦੇ ਨਾਂ ਦਾ ਲੱਗਿਆ ਹੋਇਆ ਕਾਰਗਿਲ ਯੁੱਧ ਤੋਂ ਬਾਅਦ ਇੰਨੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਸਰਕਾਰਾਂ ਦੇ ਕੰਨਾਂ 'ਤੇ ਜੂੰ ਨਹੀਂ ਰੇਂਗਦੀ ਕਿਉਂਕਿ ਸਰਕਾਰਾਂ ਦੇ ਆਪਣੇ ਬੱਚੇ ਨਹੀਂ ਹੈ ਵਿੱਚ ਬੱਚੇ ਸਾਡੇ ਗਰੀਬਾਂ ਦੇ ਨੇ ਸਾਡੀ ਮਜਬੂਰੀ ਆ ਅਸੀਂ ਸਾਨੂੰ ਬਾਰਡਰਾਂ 'ਤੇ ਗੋਲੀ ਦੇ ਸਾਹਮਣੇ ਬੱਚਿਆਂ ਨੂੰ ਭੇਜਣਾ ਪੈਂਦਾ ਇਹ ਸਾਡੀ ਮਜਬੂਰੀ ਆ ਜੇ ਕਿਤੇ ਲੀਡਰਾਂ ਦੇ ਬੱਚੇ ਹੋਣ ਸਰਕਾਰਾਂ ਦੇ ਬੱਚੇ ਹੋਣ ਇਹ ਤਾਂ ਦੂਸਰੇ ਦਿਨ ਉੱਥੇ ਚਿੜੀ ਨਾ ਲੰਘਣ ਦੇਣੇ ਇੱਧਰ ਉੱਧਰ ਪਾਣੀ ਤੇਜ਼ ਹੈ ਫਲੋ ਬਹੁਤ ਆ ਪਾਣੀ ਦਾ ਪਾਣੀ ਦਾ ਫਲੋ ਜ਼ਿਆਦਾ ਹੈ